ਸਤਿ ਸ਼੍ਰੀ ਅਕਾਲ, ਐਨ ਆਰ ਆਈ ਪੰਜਾਬੀ ਟੀ ਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਵੀਰਪਾਲ ਸ਼ੇਰਗਿੱਲ। ਅੱਜ ਇੰਟਰਵਿਊ ਦੇ ਵਿੱਚ ਅਸੀਂ ਤੁਹਾਨੂੰ ਬੇਪਾਕ ਰੂਹ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਵਾਹਿਗੁਰੂ ਦੇ ਵੱਲੋਂ ਇੱਕ ਬਹੁਤ ਜਿਹੜੀ ਚੰਗੀ ਦਾਤ ਬਖਸ਼ੀ ਹੋਈ ਹੈਗੀ, ਉਸ ਰੂਹ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂਗੇ। ਮੇਰੇ ਨਾਲ ਅਕਸ਼ ਮੌਜੂਦ ਨੇਗੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕਦੋਂ ਉਹਨਾਂ ਨੇ ਇਸ ਰੂਪ ਜਿਹੜਾ ਆਪਣਾ ਉਹ ਧਾਰਨ ਕੀਤਾ ਸੀ। ਸਤਿ ਸ਼੍ਰੀ ਅਕਾਲ ਅਕਸ਼। ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਮੈਨੂੰ ਇਹੀ ਦੱਸੋ ਕਿ ਕਦੋਂ ਇਹ ਜਿਹੜਾ ਤੁਸੀਂ ਨੇ ਸਰੂਪ ਆਪਣਾ ਇਹ ਧਾਰਨ ਕੀਤਾ? 2018 ਵਿੱਚ ਮੈਂ ਆਪਣੇ ਆਪ ਨੂੰ ਅਸੈਪਟ ਕੀਤਾ, ਉਦੋਂ ਕੇਸ ਆਉਣੇ ਸ਼ੁਰੂ ਹੋ ਗਏ ਸੀਗੇ ਅਤੇ ਉਸ ਟਾਈਮ ਬਈ ਕਾਫੀ ਪ੍ਰੋਬਲਮਸ ਫੇਸ ਕਰਨੇ ਵੀ, ਚਲੋ ਮੈਂ ਕਿਹਾ ਚਲੋ ਇਗਨੋਰ ਕਰਦੇ ਹਾਂ, ਅਤੇ ਕਾਫੀ ਵੀ ਮੈਨੂੰ ਵਧੀਆ ਲੱਗਦਾ ਸੀਗਾ ਇਸ ਰੂਪ ਦੇ ਵਿੱਚ ਉਸ ਟਾਈਮ। ਜੀ, ਉਸ ਟਾਈਮ ਇਸ ਰੂਪ ਵਧੀਆ ਲੱਗਦਾ ਸੀ ਜਦੋਂ ਵਾਲ ਆਉਣੇ ਸ਼ੁਰੂ ਹੋਏ ਸੀ ਜਾਂ ਫਿਰ ਚੰਗਾ ਨਹੀਂ ਸੀ ਲੱਗਦਾ? ਵਧੀਆ ਲੱਗਦਾ ਸੀਗਾ ਕਿ ਬਲੈਸ ਫੀਲ ਹੁੰਦਾ ਸੀਗਾ ਕਿ ਮਹਾਰਾਜ ਨੇ ਤੈਨੂੰ ਚੁਣਿਆ ਹੈ ਨਾ ਇਸ ਖਾਲਸਾ ਪੰਥ ਵਾਸਤੇ, ਤੂੰ ਹੀ ਵੀ ਤੂੰ ਇਸ ਚੀਜ਼ ਨੂੰ ਸੰਭਾਲ, ਅਤੇ ਚਲੋ ਮਹਾਰਾਜ ਨੇ ਬਖਸ਼ਿਸ਼ ਕੀਤੀ ਅਤੇ ਆਪਾਂ ਆਪਣੇ ਆਪ ਨੂੰ ਅਸੈਪਟ ਕੀਤਾ। ਅਤੇ ਫੈਮਿਲੀ ਦੇ ਵਿੱਚ ਕੌਣ ਕੌਣ? ਫੈਮਿਲੀ ਵਿੱਚ ਗ੍ਰੈਂਡ ਪੇਰੈਂਟਸ ਨੇ, ਦਾਦਾ ਜੀ, ਦਾਦੀ ਜੀ, ਮੰਮਾ, ਪਾਪਾ, ਵੱਡੀ ਭੈਣ, ਨਿੱਕਾ ਵੀਰਾ ਅਤੇ ਚਾਚਾ ਚਾਚੇ ਬੱਚੇ ਉਹਨਾਂ ਦੇ। ਜੀ, ਅਤੇ ਪਰਿਵਾਰ ਦੇ ਵਿੱਚ ਹੋਰ ਵੀ ਕਿਸੇ ਨੇ ਸਿੱਖੀ ਸਰੂਪ ਧਾਰਨ ਕੀਤਾ ਹੋਇਆ ਸੀ ਜਾਂ ਤੁਸੀਂ ਪਹਿਲੇ ਸੀਗੇ ਜਿਨ੍ਹਾਂ ਨੇ ਇਹ, ਜਾਂ ਫਿਰ ਕਹਿ ਲਈਏ ਕਿ ਰੱਬ ਦੇ ਵੱਲੋਂ ਹੀ ਤੁਹਾਨੂੰ ਆਵਾਜ਼ ਆਈ ਕਿ ਤੁਸੀਂ ਨੇ ਸਿੱਖੀ ਸਰੂਪ ਹੈ ਜਿਹੜਾ ਧਾਰਨ ਕਰ? ਦਾਦੀ ਜੀ ਨੇ ਸਟਾਰਟਿੰਗ ਦੇ ਵਿੱਚ ਅੰਮ੍ਰਿਤ ਛਕਿਆ ਹੋਇਆ ਸੀਗਾ ਅਤੇ ਮੈਂ ਜਦੋਂ 5 ਸਾਲ ਦੀ ਸੀਗੀ ਉਦੋਂ ਗੁਰੂ ਘਰ ਜਾਣਾ, ਸੇਵਾ ਕਰਨੀ ਅਤੇ ਪਾਠ ਕਰਨਾ, ਅਤੇ ਉਸ ਟਾਈਮ ਇੱਦਾਂ ਲੱਗਦਾ ਸੀ ਕਿ ਅੰਮ੍ਰਿਤ ਛਕ ਲਾਂ, ਅਤੇ ਪਹਿਲਾਂ ਮੈਂ ਨਾ ਕਨਫਿਊਜ਼ ਹੋਣਾ ਵੀ ਅੰਮ੍ਰਿਤ ਕੀ ਚੀਜ਼ ਆ, ਅਤੇ ਮੈਂ ਉਸ ਚੀਜ਼ ਲਈ ਕੀ ਨਾਮ ਆ ਕਾਫੀ ਨੌਲੇਜ ਲਰਨ ਕੀਤੀ ਹੈ ਨਾ ਵੀ ਆਪਣਾ, ਫਿਰ ਮੈਂ ਸੋਚਿਆ ਵੀ ਮੈਂ ਅੰਮ੍ਰਿਤ ਛਕ ਲਵਾਂ ਅਤੇ ਪੇਰੈਂਟਸ ਨੂੰ ਕਿਹਾ ਕਿ ਮੈਂ ਅੰਮ੍ਰਿਤ ਛਕਣਾ, ਦੈਨ ਪੇਰੈਂਟਸ ਨੇ ਮਨਾ ਕੀਤਾ ਵੀ ਨਹੀਂ ਹੈ ਨਾ ਵੀ ਹਜੇ, ਨੋਰਮਲੀ ਕਹਿ ਹੀ ਦਿੰਦੇ ਨੇ ਕਿ ਕੀ ਪਤਾ ਅੱਗੇ ਪਰਿਵਾਰ ਕਿਵੇਂ ਦਾ ਮਿਲਦਾ ਹੈ, ਮੇਨ ਕੁਸ਼ਚਨ ਇਹੀ ਹੁੰਦਾ ਨਾ ਕਿ ਪਤਾ ਨਹੀਂ ਕਿਵੇਂ ਦਾ ਪਰਿਵਾਰ ਮਿਲਦਾ। ਮੈਂ ਕਿਹਾ ਕੁਛ ਨਹੀਂ ਹੁੰਦਾ, ਮਹਾਰਾਜ ਨੇ ਜੇ ਸੋਚਿਆ ਹੋਊਗਾ ਕੁਛ ਹੈ ਨਾ ਵੀ ਚੰਗਾ ਮਿਲੂਗਾ, ਦੈਨ ਮੈਂ ਅੰਮ੍ਰਿਤ ਛਕਿਆ। ਅਤੇ ਫਿਰ ਕਈ ਜਣਿਆਂ ਨੇ ਕਿਹਾ ਕਿ ਤੁਸੀਂ ਪਹਿਲਾਂ ਹੀ ਅੰਮ੍ਰਿਤ ਛਕਾ ਦਿੱਤਾ ਹੈ ਨਾ, ਕੀ ਪਤਾ ਅੱਗੇ ਸ਼ਰਾਬੀ ਮਿਲ ਜੇ, ਅਤੇ ਮੰਮੀ ਹੁਣਾਂ ਨੂੰ ਮੈਂ ਸਮਝਾਤਾ ਸੀਗਾ ਵੀ ਤੁਸੀਂ ਕੁਛ ਨਹੀਂ ਕਹਿਣਾ, ਤੁਸੀਂ ਕਹਿਦੇ ਹੋ ਕਿ ਆਪਣਾ ਜਿਵੇਂ ਮਹਾਰਾਜ ਨੇ ਚਾਹੇ ਉਵੇਂ ਹੋਣਾ, ਅਤੇ ਫਿਰ ਫੈਮਿਲੀ ਨੇ ਇਹੀ ਕਹਿਣਾ। ਅਤੇ ਮੈਂ ਵੀ ਜੇ ਮੈਨੂੰ ਕਿਸੇ ਨੇ ਪੁੱਛਣਾ ਵੀ ਆਪਣਾ ਤੂੰ ਪਹਿਲਾਂ ਅੰਮ੍ਰਿਤ ਛਕ ਲਿਆ ਹੈ ਨਾ ਅਤੇ ਅੱਗੇ ਪਤਾ ਨਹੀਂ ਕਿ ਤੈਨੂੰ ਸਰਦਾਰ ਮਿਲੂਗਾ ਜਾਂ ਨਹੀਂ, ਮੈਂ ਕਿਹਾ ਜੇ ਮਹਾਰਾਜ ਨੇ ਇਸ ਚੀਜ਼ ਵਾਸਤੇ ਚੁਣਿਆ ਨਾ ਅਤੇ ਉਹਨਾਂ ਨੇ ਆਪਣੇ ਆਪ ਹੀ ਸਿੰਘ ਭੇਜ ਦੇਣਾ ਮੇਰੀ ਲਾਈਫ 'ਚ। ਜੀ, ਅਤੇ ਜੇ ਮੈਂ ਗੱਲ ਕਰਾਂ ਕਿ ਟ੍ਰੀਟਮੈਂਟਸ ਬਹੁਤ ਹੁੰਦੇ ਨੇਗੇ ਜਾਂ ਕੋਈ ਕੁੜੀਆਂ ਲੇਜ਼ਰ ਕਰਵਾ ਲੈਂਦੀਆਂ ਨੇ ਜਾਂ ਕੋਈ ਹੋਰ ਵੈਕਸਿੰਗ ਵਗੈਰਾ, ਬਹੁਤ ਜਿਹੜੇ ਇਹਦੇ ਟ੍ਰੀਟਮੈਂਟ ਹੁੰਦੇ ਆ ਉਹ ਹੁੰਦੇ ਆ, ਅਤੇ ਜ਼ਿਆਦਾਤਰ ਕੁੜੀਆਂ ਨੇ ਉਹ ਕਰਵਾ ਵੀ ਲੈਂਦੀਆਂ ਨੇਗੀਆਂ। ਤੁਸੀਂ ਕਦੇ ਦਿਲ ਦੇ ਵਿੱਚ ਇੱਦਾਂ ਖਿਆਲ ਨਹੀਂ ਆਇਆ ਹੈਗਾ ਤੁਹਾਡੇ ਕਿ ਮੈਂ ਇੱਦਾਂ ਦਾ ਕੋਈ ਟ੍ਰੀਟਮੈਂਟ ਵਗੈਰਾ ਕਰਵਾ ਲਾਂ? ਜਦੋਂ ਸਟਾਰਟਿੰਗ ਹੋਈ ਸੀਗੀ ਉਦੋਂ ਬਾਅਦ ਮੈਂ ਜਦੋਂ ਮਤਲਬ ਕਿ ਸੋਸਾਇਟੀ ਵਿੱਚ ਜਾਣਾ ਅਤੇ ਲੋਕਾਂ ਨੇ ਕਮੈਂਟਸ ਕਰਨੇ ਉਸ ਚੀਜ਼ ਨੂੰ ਲੈ ਕੇ, ਫਿਰ ਮੈਂ ਸੋਚਣਾ ਯਾਰ ਅਕਸ਼ ਤੂੰ ਵੈਕਸਿੰਗ ਜਾਂ ਕੁਛ ਵੀ ਹੈ ਨਾ ਲੇਜ਼ਰ ਕਰਵਾ ਲਾ, ਅਤੇ ਅੱਜ ਕੱਲ੍ਹ ਸਾਰੇ ਕਰਵਾ ਹੀ ਰਹੇ ਆ, ਫਿਰ ਕੀ ਹੋ ਗਿਆ ਤੂੰ ਕਰਵਾ ਲਏਂਗੀ, ਕੁਛ ਨਹੀਂ ਹੁੰਦਾ, ਮਹਾਰਾਜ ਤਾਂ ਵੈਸੇ ਵੀ ਤੂੰ ਤੇਰੇ ਨਾਲ ਆ। ਪਰ ਫਿਰ ਨਾ ਜਿਵੇਂ ਕਹਿ ਲਓ ਕਿ ਸਾਹਿਬਜ਼ਾਦੇ ਹੈ ਨਾ, ਜਦੋਂ ਮਹਾਰਾਜ ਦਾ ਧਿਆਨ ਹੁੰਦਾ ਕਿ ਉਹਨਾਂ ਨੇ ਖਾਲਸਾ ਪੰਥ ਆਪਣਾ ਪਰਿਵਾਰ ਨਸ਼ਾਵਰ ਕਰ ਦਿੱਤਾ ਸਾਰੇ ਖਾਲਸਾ ਪੰਥ ਵਾਸਤੇ, ਦੈਨ ਫਿਰ ਮੈਂ ਉਸ ਚੀਜ਼ ਨੂੰ ਇਗਨੋਰ ਕੀਤਾ ਹੈ ਨਾ, ਫਿਰ ਮੈਂ ਆਪਣੇ ਆਪ ਨੂੰ ਅਸੈਪਟ ਕੀਤਾ। ਫਿਰ ਭੈਣ ਨੇ ਵੀ ਮੈਨੂੰ ਸਮਝਾਇਆ ਕਿ ਅਕਸ਼ ਜੇ ਤੂੰ ਇੱਦਾਂ ਕੀਤਾ ਨਾ ਮੈਂ ਤੈਨੂੰ ਬੁਲਾਉਣਾ ਨਹੀਂ ਹੈਗਾ, ਅਤੇ ਫਿਰ ਇੱਦਾਂ ਕਹਿ ਲਓ ਕਿ ਉਹਦੇ ਨਾਲ ਪਿਆਰ ਵੀ ਇੰਨਾ ਹੈ ਨਾ, ਅਤੇ ਉਹਦੀ ਹਰੇਕ ਗੱਲ ਸਿਰ ਮੱਠੇ ਹੁੰਦੀ ਸੀਗੀ, ਅਤੇ ਮੈਂ ਉਹਨੂੰ ਉਸ ਚੀਜ਼ ਨੂੰ ਕੀ ਨਾਮ ਸਮਝਿਆ, ਦੈਨ ਫਿਰ ਮੈਂ ਆਪਣੇ ਆਪ ਨੂੰ ਅਸੈਪਟ ਕਰ ਲਿਆ। ਮਤਲਬ ਪਰਿਵਾਰ ਦੀ ਪੂਰੀ ਸਪੋਰਟ ਰਹੀ? ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਤਿਲਮਿਟ ਇੱਦਾਂ ਰਹੀ ਸੀਗੀ, ਅਤੇ ਫਿਰ ਕਿਤੇ ਜਦੋਂ ਮੈਂ ਉਹਨਾਂ ਨੂੰ ਸਮਝਾਇਆ, ਭੈਣ ਨੇ ਸਮਝਾਇਆ, ਫਿਰ ਮੰਨ ਗਏ ਸੀਗੇ। ਜੀ,
ਜਿਵੇਂ ਤੁਸੀਂ ਵਿੱਚ ਦੀ ਕਮੈਂਟਿੰਗ ਦੀ ਗੱਲ ਕੀਤੀ ਹੈ ਵੀ ਲੋਕਾਂ ਦੇ ਵੱਲੋਂ ਬਹੁਤ ਕਮੈਂਟ ਆਉਂਦੇ ਸੀਗੇ ਅਤੇ ਕਿੱਦਾਂ ਕਿੱਦਾਂ ਲੋਕ ਬੋਲਦੇ ਸੀਗੇ ਜਾਂ ਫਿਰ ਕੋਈ ਨਾਲ ਪੜ੍ਹਦੇ ਜਿਵੇਂ ਆਪਾਂ ਤੁਸੀਂ ਤੁਹਾਡੀ ਏਜ ਬਹੁਤ ਘੱਟ ਹੈਗੀ ਫਿਲਹਾਲ ਤਾਂ ਅਤੇ ਨਾਲ ਪੜ੍ਹਦੇ ਜਿਹੜੇ ਆਪਣੇ ਫਰੈਂਡਸ ਹੁੰਦੇ ਨੇਗੇ ਉਹ ਵੀ ਬਹੁਤ ਕਮੈਂਟਿੰਗ ਕਰਦੇ ਨੇ ਅਤੇ ਉਹ ਵੀ ਕਹਿ ਦਿੰਦੇ ਨੇਗੇ ਯਾਰ ਤੂੰ ਐਵੇਂ ਸੋਹਣੀ ਨਹੀਂ ਲੱਗਦੀ ਤੂੰ ਇਹ ਕਰਾ ਲਾ ਤੂੰ ਉਹ ਕਰਾ ਲਾ ਬਹੁਤ ਜਿਹੜੇ ਸੁਜੈਸ਼ਨਸ ਨੇ ਉਹ ਦਿੰਦੇ ਨੇ ਜਾਂ ਫਿਰ ਕਮੈਂਟਬਾਜ਼ੀ ਬਹੁਤ ਕਰਦੇ ਨੇਗੇ ਲੋਕਾਂ ਨੂੰ ਆਦਤ ਹੁੰਦੀ ਹੈਗੀ ਉੱਦਾਂ ਦਾ ਕੁਛ ਫੇਸ ਕਰਨਾ ਪਿਆ ਮੇਰੇ ਫਰੈਂਡਸ ਨੇ ਮੈਨੂੰ ਕਾਫੀ ਸਪੋਰਟ ਕੀਤਾ ਇਸ ਚੀਜ਼ ਦੇ ਵਿੱਚ ਉਹਨਾਂ ਨੇ ਕਦੇ ਵੀ ਮੈਨੂੰ ਨੈਗੇਟਿਵ ਵੀ ਕਮੈਂਟ ਨਹੀਂ ਕੀਤਾ ਅਤੇ ਹਮੇਸ਼ਾ ਉਹਨਾਂ ਨੇ ਇੱਦਾਂ ਕਹਿਣਾ ਯਾਰ ਅਕਸ਼ ਤੂੰ ਇੰਨੀ ਬਹੁਤ ਸੋਹਣੀ ਲੱਗਦੀ ਆ ਹੈ ਨਾ ਅਤੇ ਮੈਂ ਕਿਹਾ ਅੱਛਾ ਮੈਂ ਕਿਹਾ ਠੀਕ ਆ ਅਤੇ ਫਿਰ ਜਦੋਂ ਆਪਾਂ ਬਾਹਰ ਜਾਣਾ ਸੋਸਾਇਟੀ ਵਿੱਚ ਉਹਨਾਂ ਲੋਕਾਂ ਨੇ ਇੰਨੇ ਕਮੈਂਟ ਕਰਨੇ ਯਾਰ ਇਹ ਬੰਦਾ ਕਿ ਜਨਾਨਾ ਹੈ ਨਾ ਪਤਾ ਨਹੀਂ ਕੌਣ ਆ ਕੀ ਆ ਹੈ ਨਾ ਅਤੇ ਇਸ ਚੀਜ਼ ਨੇ ਮੈਨੂੰ ਕਾਫੀ ਹੱਦ ਤੱਕ ਲੋਅ ਫੀਲ ਕਰਾਇਆ ਦੈਨ ਮੈਂ ਕਾਫੀ ਟਾਈਮ ਸੋਚਿਆ ਵੀ ਮੈਂ ਲੇਜ਼ਰ ਕਰਵਾ ਲਵਾਂ ਬਟ ਮੈਂ ਇਗਨੋਰ ਕਰ ਦਿੱਤਾ ਇਸ ਚੀਜ਼ ਨੂੰ ਵੀ ਮੈਨੂੰ ਦੱਸ ਰਹੇ ਸੀ ਪਹਿਲਾਂ ਜਿਵੇਂ ਤੁਸੀਂ ਇੱਕ ਵਾਰ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਵੀ ਮੈਂ ਸੁਸਾਈਡ ਕਰ ਲਾਂ ਉਹ ਕੀ ਕਾਰਨ ਬਣੇ ਸੀਗੇ ਕਿ ਅਜਿਹੀ ਸਿਚੁਏਸ਼ਨ ਆਈ ਸੀਗੀ ਕਿ ਤੁਸੀਂ ਸੁਸਾਈਡ ਤੱਕ ਦਾ ਸੋਚ ਲਿਆ ਸੀ ਬਹੁਤ ਵੱਡੀ ਗੱਲ ਹੁੰਦੀ ਹੈ ਸੁਸਾਈਡ ਲਾਸਟ ਜਦੋਂ ਟਿਕਟੋਕ ਚੱਲਦਾ ਸੀਗਾ ਮੈਂ ਆਪਣੀ ਇੱਕ ਵੀਡੀਓ ਪੋਸਟ ਕੀਤੀ ਸੀਗੀ ਲਹਿੰਗੇ ਵਿੱਚ ਅਤੇ ਉਹ ਨੋਰਮਲੀ ਪਿਕਸ ਦੀ ਮੈਂ ਵੀਡੀਓ ਕਲਿੱਪ ਐਡ ਕੀਤੀ ਸੀਗੀ ਕਿਸੇ ਨੇ ਉਹ ਕਲਿੱਪ ਚੱਕੀ ਦੈਨ ਉਹ ਕਿਸੇ ਨੇ ਐਡਿਟਿੰਗ ਕਰਕੇ ਹੈ ਨਾ ਉਹ ਕਿਨਰ ਨਾਲ ਜ਼ੋਰ ਦਿੱਤੀ ਅਤੇ ਉਹਨੇ ਨਾ ਮੈਨੂੰ ਕਾਫੀ ਇੱਦਾਂ ਕਹਿ ਲਓ ਕਿ ਇੰਨਾ ਕੁ ਜ਼ਿਆਦਾ ਮੈਂ ਉਦੋਂ ਸੋਚਿਆ ਨਹੀਂ ਸੀਗਾ ਕਿ ਮੇਰੀ ਲਾਈਫ ਦੇ ਵਿੱਚ ਇਹ ਪਲ ਵੀ ਆਊਗਾ ਹੈ ਨਾ ਵੀ ਮੈਂ ਇਸ ਚੀਜ਼ ਨੂੰ ਫੇਸ ਕਰਾਂਗੀ ਕਦੀ ਨਹੀਂ ਸੋਚਿਆ ਸੀਗਾ ਬਟ ਉਹ ਹਜੇ ਵੀ ਮੇਰੇ ਮਾਇੰਡ ਵਿੱਚ ਨਾ ਕਿਤੇ ਨਾ ਉਹ ਚੀਜ਼ ਨੇ ਜਗ੍ਹਾ ਬਣਾ ਲਈ ਆ ਅਤੇ ਮੈਂ ਉਸ ਟਾਈਮ ਸੋਚਿਆ ਵੀ ਮੈਂ ਹੁਣ ਸੁਸਾਈਡ ਕਰ ਲੈਣਾ ਇਹਦਾ ਲਾਸਟ ਆਪਸ਼ਨ ਸੁਸਾਈਡ ਆ ਅਤੇ ਫਿਰ ਮੈਨੂੰ ਭੈਣ ਜਦੋਂ ਮੈਂ ਫੋਨ ਨਾ ਚੱਕਿਆ ਕਿਸੇ ਦਾ ਵੀ ਭੈਣ ਨੇ ਗੱਲ ਕੀਤੀ ਘਰ ਦੇ ਫੋਨ 'ਤੇ ਆ ਹੈ ਨਾ ਅਤੇ ਮੈਂ ਗੱਲ ਕੀਤੀ ਉਹਨੇ ਇੰਨਾ ਮਤਲਬ ਕਿ ਗਾਲਾਂ ਦਿੱਤੀਆਂ ਵੀ ਤੂੰ ਕੀ ਕਰਦੀ ਪਈ ਹੈ ਨਾ ਤੂੰ ਫੋਨ ਕਿਉਂ ਨਹੀਂ ਚੱਕਦੀ ਕਿ ਜੇ ਤੂੰ ਇੱਦਾਂ ਕੁਛ ਕੀਤਾ ਮੈਂ ਤੈਨੂੰ ਜ਼ਿੰਦਗੀ 'ਚ ਕਦੀ ਨਹੀਂ ਬੁਲਾਉਣਾ ਦੈਨ ਮੈਂ ਕਾਫੀ ਰੋਈ ਫਿਰ ਸਮਝਾਇਆ ਆਪਣੇ ਆਪ ਨੂੰ ਹੈ ਨਾ ਵੀ ਨਹੀਂ ਅਕਸ਼ ਇਹ ਚੀਜ਼ ਨਹੀਂ ਕਰਨੀ ਜੇ ਫਿਰ ਕੀ ਹੋ ਗਿਆ ਕਮੈਂਟ ਕਰਦੇ ਨੇ ਕਰਨ ਦੇ ਇਗਨੋਰ ਕਰ ਇਸ ਚੀਜ਼ ਨੂੰ ਜੇ ਗੁਰੂ ਮਹਾਰਾਜ ਤੇਰੇ ਨਾਲ ਆ ਤੇਰਾ ਪਰਿਵਾਰ ਤੇਰੇ ਨਾਲ ਆ ਫਿਰ ਤੂੰ ਕਿਉਂ ਲੋਕਾਂ ਦੀ ਪਰਵਾਹ ਕਰਦੀ ਆ ਦੈਨ ਉਦੋਂ ਤੋਂ ਮੈਂ ਬੇਪਰਵਾਹ ਹੋ ਗਈ ਅਤੇ ਇਸੇ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਰਾਹ ਜਾਂਦੇ ਲੋਕਾਂ ਦੀ ਕਿਸੇ ਦੀ ਵੀ ਬਾਰੇ ਜ਼ਿੰਦਗੀ ਦੇ ਬਾਰੇ ਜਾਣਦੇ ਨਹੀਂ ਹੈਗੇ ਪਰ ਉਹਨਾਂ ਨੂੰ ਗਲਤ ਕਮੈਂਟਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਜੀ ਉਹਨਾਂ ਅੱਗੇ ਤਾਂ ਬਸ ਇਹੀ ਰਿਕੁਐਸਟ ਆ ਕਿ ਕਿਸੇ ਨੂੰ ਲੁੱਕ ਵਾਈਜ਼ ਕਦੀ ਵੀ ਜੱਜ ਨਾ ਕਰੋ ਜੇ ਤੁਹਾਨੂੰ ਨਹੀਂ ਸਮਝ ਲੱਗਦਾ ਤੁਸੀਂ ਪੁੱਛ ਲਓ ਹੈ ਨਾ ਪਿਆਰ ਦੇ ਨਾਲ ਜਾ ਕੇ ਪੁੱਛ ਲਓ ਕਿ ਐਕਸਕਿਊਜ਼ ਮੀ ਅਸੀਂ ਤੁਹਾਡੇ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਗਰਲ ਹੋ ਜਾਂ ਬੁਆਏ ਇੰਨੇ ਵਿੱਚ ਹੈ ਨਾ ਵੀ ਚਲੋ ਇੰਨਾ ਕਿ ਉਹਨਾਂ ਨਾਲ ਡਾਊਟ ਕਲੀਅਰ ਹੋ ਜਾਂਦਾ ਵਾ ਜੀ ਅਤੇ ਉਹ ਕੁੜੀਆਂ ਅੱਜ ਕੱਲ੍ਹ ਬਹੁਤ ਗਲਤ ਮਲਤ ਵੀਡੀਓਜ਼ ਪਾਉਂਦੀਆਂ ਨੇਗੀਆਂ ਜਿਵੇਂ ਤੁਸੀਂ ਸਿੱਖੀ ਸਰੂਪ ਧਾਰਨ ਕੀਤਾ ਤੁਹਾਨੂੰ ਫਿਰ ਵੀ ਬਹੁਤ ਕੁਝ ਫੇਸ ਕਰਨਾ ਪਿਆ ਪਰ ਕਈ ਲੜਕੀਆਂ ਹੁੰਦੀਆਂ ਨੇ ਨੰਗਪੁਣਾ ਖਿਲਾਰਦੀਆਂ ਨੇ ਅਤੇ ਹੋਰ ਬਹੁਤ ਗਲਤ ਵੀਡੀਓਜ਼ ਪਾਉਂਦੀਆਂ ਨੇਗੀਆਂ ਅਤੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਬਸ ਇਹੀ ਆ ਕਿ ਇਹ ਚੀਜ਼ ਨੂੰ ਛੱਡੋ ਹੋਰ ਵੀ ਕਈ ਟਰੈਕ ਹੈਗੇ ਨੇ ਤੁਸੀਂ ਜਾਂ ਜੇ ਮਨੀ ਕਮਾਉਣੀ ਆ ਹੋਰ ਵੀ ਲਾਈਨ ਚੂਜ਼ ਕਰ ਸਕਦੇ ਹੋ ਤੁਸੀਂ ਕਿਤੇ ਵੀ ਜੋਬ ਕਰ ਲਓ ਬਟ ਐਟਲੀਸਟ ਤੁਸੀਂ ਆਪਣਾ ਨੰਗਪੁਣਾ ਵਿਖਾ ਕੇ ਹੈ ਨਾ ਵੀ ਸੋਸ਼ਲ ਸਾਈਟਸ ਦੇ ਉੱਪਰ ਪੈਸੇ ਨਾ ਕਮਾਓ ਇਸ ਦੇ ਵਿੱਚ ਆਪਣੀ ਤਾਂ ਬੇਇੱਜ਼ਤੀ ਹੋਣੀ ਆ ਅਤੇ ਫੈਮਿਲੀ ਦੀ ਵੀ ਕੋਈ ਰੈਪੂਟੇਸ਼ਨ ਨਹੀਂ ਰਹਿ ਜਾਣੀ ਅਤੇ ਇਹ ਮੇਰੇ ਨਾਲ ਬੇਪਾਕ ਰੂ ਅਕਸ਼ ਸੀਗੀ ਜਿਨ੍ਹਾਂ ਨੂੰ ਬਹੁਤ ਜਿਨ੍ਹਾਂ ਨੇ ਬਹੁਤ ਸੋਹਣਾ ਸਿੱਖੀ ਸਰੂਪ ਹੈ ਜਿਹੜਾ ਉਹ ਧਾਰਨ ਕੀਤਾ ਹੋਇਆ ਹੈਗਾ ਦਮਾਲਾ ਵੀ ਇਹ ਬੰਨਦੇ ਨੇਗੇ ਅਤੇ ਨਾਲ ਹੀ ਜਿਹੜੀ ਦਾੜੀ ਹੈ ਉਹ ਇਹਨਾਂ ਨੇ ਰੱਖੀ ਹੋਈ ਹੈਗੀ ਅੱਜ ਕੱਲ੍ਹ ਤਾਂ ਨੌਜਵਾਨ ਸਾਡੇ ਨੌਜਵਾਨ ਨੇ ਜਿਹੜੇ ਉਹ ਦਾੜੀ ਕਟਾ ਦਿੰਦੇ ਨੇ ਕੇਸ ਕਟਾ ਦਿੰਦੇ ਨੇ ਅਤੇ ਉਹਨਾਂ ਨੌਜਵਾਨਾਂ ਦਾ ਕੀ ਸੋਚਦੇ ਉਹਨਾਂ ਨੌਜਵਾਨਾਂ ਬਾਰੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਸਿੱਖੀ ਸਰੂਪ ਦਿੱਤਾ ਹੁੰਦਾ ਹੈਗਾ ਉਹ ਦਾੜੀ ਵੀ ਰੱਖ ਸਕਦੇ ਨੇ ਕੇਸ ਵੀ ਰੱਖ ਸਕਦੇ ਨੇ ਤੁਹਾਨੂੰ ਬਹੁਤ ਔਕੜਾਂ ਆਈਆਂ ਪਰ ਉਹ ਨੌਜਵਾਨਾਂ ਨੂੰ ਤਾਂ ਕੋਈ ਕਮੈਂਟਿੰਗ ਕਰਨ ਵਾਲਾ
ਵਾਲਾ ਵੀ ਨਹੀਂ ਹੈਗਾ, ਫਿਰ ਵੀ ਉਹ ਦਾੜੀ ਕਟਾ ਦਿੰਦੇ ਨੇ, ਕੇਸ ਕਟਾ ਦਿੰਦੇ ਨੇ, ਕਹਿ ਦਿੰਦੇ ਨੇ ਫੈਸ਼ਨ ਹੈਗਾ, ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇੱਦਾਂ ਕਹਿ ਲਓ ਕਿ ਫੈਸ਼ਨ ਤੁਸੀਂ ਅੱਜ ਫੈਸ਼ਨ ਕਰ ਲਓਗੇ, ਇੱਕ ਟਾਈਮ ਐਸਾ ਹੋਊਗਾ ਕਿ ਇਹ ਫੈਸ਼ਨ ਤੁਹਾਡਾ ਢਲ ਜਾਊਗਾ, ਹੈ ਨਾ, ਬਜ਼ੁਰਗ ਹੋ ਜਾਓਗੇ, ਫਿਰ ਤੁਸੀਂ ਸੋਚੋਗੇ ਕਿ ਕਾਸ਼ ਮੈਂ ਉਸ ਟਾਈਮ ਸਹੀ ਲਾਈਨ ਦੇ ਵਿੱਚ ਗਿਆ ਹੁੰਦਾ, ਕਿਉਂਕਿ ਆਪਣਾ ਆਉਣ ਵਾਲਾ ਟਾਈਮ ਹੈ ਨਾ ਜਿਹਦੇ ਵਿੱਚ ਆਪਣੇ ਬੱਚੇ ਹੋਣਗੇ, ਅਤੇ ਬੱਚੇ ਕੀ ਸੋਚਣਗੇ, ਬੱਚੇ ਵੀ ਉਸ ਲਾਈਨ ਵੱਲ ਜਾਣਗੇ, ਡਰੱਗਸ ਵਗੈਰਾ ਲੈਣਗੇ, ਅਤੇ ਕਿ ਨਾਮ ਆਪਣਾ ਸਿੱਖੀ ਧਰਮ ਤੋਂ ਕੁਰਾਹੇ ਪੈ ਜਾਣਗੇ, ਅਤੇ ਉਹਨਾਂ ਨੂੰ ਬਸ ਇਹੀ ਰਿਕੁਐਸਟ ਹੈ ਕਿ ਆਪਣਾ ਸਿੱਖੀ ਸਰੂਪ ਸਾਂਭੋ ਅਤੇ ਮਹਾਰਾਜ ਦੀ ਅਸੀਸਾਂ ਪ੍ਰਾਪਤ ਕਰੋ ਜੀ। ਅਤੇ ਮੈਂ ਇੱਕ ਮੇਰਾ ਅਖੀਰ 'ਤੇ ਸਵਾਲ, ਕੀ ਤੁਹਾਡਾ ਜਨਮ ਸਿੱਖ ਪਰਿਵਾਰ ਦੇ ਵਿੱਚ ਹੋਇਆ? ਜੀ ਜੀ, ਮੇਰਾ ਮੇਰੇ ਪਿਛੋਕਰ ਕਹਿ ਲਓ ਹੈ ਨਾ, ਅਤੇ ਅੱਗੇ ਜਿੰਨੇ ਵੀ ਮੇਰਾ ਫਰੈਂਡ ਸਰਕਲ ਸਾਰਾ ਹੀ ਗੁਰਸਿੱਖ ਪਰਿਵਾਰ ਆ ਜੀ। ਅਤੇ ਇਹ ਮੇਰੇ ਨਾਲ ਇੱਕ ਰੱਬੀ ਰੂਹ ਅਕਸ਼ ਸੀਗੇ, ਜੋ ਕਿ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ, ਅਤੇ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਜਾਣਿਆ। ਅਤੇ ਲੋਕ ਨਾ ਕਮੈਂਟਿੰਗ ਬਹੁਤ ਗਲਤ ਕਰ ਦਿੰਦੇ ਨੇ ਕਈ ਵਾਰ, ਅਤੇ ਇਹਨਾਂ ਨੇ ਇੱਕ ਕੁੜੀ ਹੁੰਦੇ ਹੋਏ, ਬੇਸ਼ੱਕ ਇਹਨਾਂ ਨੂੰ ਰੱਬ ਦੇ ਵੱਲੋਂ ਦਿੱਤੀ ਗਈ ਇਹ ਦਾਤ ਸੀਗੀ, ਪਰ ਫਿਰ ਵੀ ਇਹਨਾਂ ਨੇ ਦਾੜੀ ਰੱਖੀ ਅਤੇ ਦੁਮਾਲਾ ਸਜਾਉਂਦੇ ਨੇ ਸਿਰ 'ਤੇ, ਅਤੇ ਬਹੁਤ ਜਿਹੜਾ ਸੋਹਣਾ ਸਰੂਪ ਹੈ ਇਹਨਾਂ ਦਾ, ਮੈਨੂੰ ਬਹੁਤ ਪਿਆਰਾ ਲੱਗਿਆ ਨਿੱਜੀ ਤੌਰ 'ਤੇ, ਅਤੇ ਬਹੁਤ ਜਿਹੜਾ ਸੋਹਣਾ ਰੂਪ ਇਹਨਾਂ ਨੇ ਧਾਰਨ ਕੀਤਾ ਹੋਇਆ ਗਾ। ਸਾਨੂੰ ਅਜਿਹੇ ਜਿਹੜੇ ਨੌਜਵਾਨ ਹੁੰਦੇ ਨੇਗੇ, ਮੁੰਡੇ ਹੋਣ ਜਾਂ ਫਿਰ ਕੁੜੀਆਂ ਹੋਣ, ਜੋ ਆਪਣੇ ਧਰਮ ਦੇ ਨਾਲ ਜੁੜ ਕੇ ਰਹਿੰਦੇ ਨੇ, ਉਹਨਾਂ ਦੀ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਰਹੋ NRI ਪੰਜਾਬੀ TV ਦੇ ਨਾਲ।